ਸ਼ਾਹਰੁਖ ਖਾਨ ਦੀ ਸਾਲ ਦੀ ਤੀਜੀ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਇਸ ਫਿਲਮ ਦਾ ਨਾਮ ਹੈ ਡੰਕੀ। ਤੇ ਇਸ ਫਿਲਮ ਦੇ ਨਿਰਮਾਤਾ ਰਾਜਕੁਮਾਰ ਹਿਰਾਨੀ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਇਸ ਘਰ ਦੇ ਨਾਲ ਸੰਬੰਧਿਤ ਹੈ ਸ਼ਾਹਰੁਖ ਖਾਨ ਦੀ ਇਹ ਫਿਲਮ ਜਿਸ ਦਾ ਨਾਮ ਹੈ ਡੰਕੀ। ਦੱਸ ਦਈਏ ਕਿ ਇਸ ਘਰ ਨੂੰ ਦੇਖ ਕੇ ਸ਼ਾਹਰੁਖ ਖਾਨ ਦੀ ਫਿਲਮ ਡੰਕੀ ਨੂੰ ਬਣਾਉਣ ਦਾ ਨਿਰਦੇਸ਼ਕ ਹਿਰਾਨੀ ਦੇ ਦਿਮਾਗ ਦੇ ਵਿੱਚ ਆਈਡੀਆ ਆਇਆ। ਘਰ ਦੀ ਛੱਤ ਤੇ ਪਏ ਇਸ ਜਹਾਜ਼ ਨੂੰ ਤੁਸੀਂ ਦੇਖ ਹੀ ਸਕਦੇ ਹੋ। ਇਸੇ ਜਹਾਜ਼ ਨੂੰ ਦੇਖ ਕੇ ਰਾਜਕੁਮਾਰ ਹਿਰਾਨੀ ਨੂੰ ਫਿਲਮ ਡੰਕੀ ਬਣਾਉਣ ਦਾ ਆਈਡੀਆ ਆਇਆ। ਦੱਸ ਦਈਏ ਕਿ ਇਸੇ ਦੇ ਨਾਲ ਨਾਲ ਫਿਲਮ ਦੇ ਵਿੱਚ ਜਹਾਜ਼ ਚੜਾਉਣ ਵਾਲੇ ਗੁਰੂ ਘਰ ਯਾਨੀ ਕਿ ਗੁਰਦੁਆਰਾ ਸ਼੍ਰੀ ਟੱਲਣ ਸਾਹਿਬ ਦਾ ਵੀ ਜ਼ਿਕਰ ਹੈ। ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜਲੰਧਰ ਦਾ ਇਹ ਪਿੰਡ, ਜਿਸ ਦੀ ਹਰੇਕ ਛੱਤ ਤੇ ਤੁਸੀਂ ਦੇਖ ਸਕਦੇ ਹੋ ਕਿਸੇ ਦੀ ਛੱਤ ਤੇ ਪਾਣੀ ਵਾਲਾ ਜਹਾਜ਼ ਹੈ, ਕਿਸੇ ਦੀ ਛੱਤ ਤੇ ਏਅਰ ਇੰਡੀਆ ਦਾ ਜਹਾਜ਼। ਜੇ ਇੱਕ ਵਾਰ ਦੂਰੋਂ ਦੇਖੋ ਤਾਂ ਭੁਲੇਖਾ ਜ਼ਰੂਰ ਪੈ ਜਾਵੇਗਾ ਕਿ ਕਿਤੇ ਅਸਲ ਦਾ ਜਹਾਜ਼ ਤਾਂ ਨਹੀਂ ਖੜਾ ਉੱਪਰ। ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਪੰਜਾਬੀ ਤਾਂ ਆਪਣੀ ਇਸ ਆਦਤ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ। ਸ਼ੌਂਕ ਦੇ ਲਈ ਪੰਜਾਬੀ ਕੁਝ ਵੀ ਕਰ ਜਾਂਦੇ ਨੇ ਤੇ ਜਲੰਧਰ ਦਾ ਇਹ ਪਿੰਡ ਉੱਪਲ ਭੁੱਪਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੀ ਹਰ ਘਰ ਦੇ ਉੱਤੇ ਪੰਜਾਬੀਆਂ ਨੇ ਸ਼ੌਂਕ ਦੇ ਨਾਲ ਟੰਕੀਆਂ ਦੀ ਥਾਂ ਇਹ ਜਹਾਜ਼ ਬਣਾਏ ਹੋਏ ਨੇ। ਕਿਸੇ ਦੀ ਛੱਤ 'ਤੇ ਪਾਣੀ ਵਾਲਾ ਸ਼ਿਪ ਹੈ ਅਤੇ ਕਿਸੇ ਦੇ ਸ਼ੇਰ ਬਣਿਆ ਏ, ਕਿਸੇ ਦੀ ਛੱਤ 'ਤੇ ਪਾਣੀ ਦੀ ਟੰਕੀ ਦੀ ਥਾਂ ਬਾਜ ਦੇਖਣ ਨੂੰ ਤੁਹਾਨੂੰ ਮਿਲੇਗਾ। ਹਾਲ ਹੀ ਦੇ ਵਿੱਚ ਹੋਏ ਇੰਟਰਵਿਊ ਦੇ ਵਿੱਚ ਡੰਕੀ ਦੇ ਡਾਇਰੈਕਟਰ ਰਾਜਕੁਮਾਰ ਹਿਰਾਨੀ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਉਹ ਬੀਤੇ ਦਿਨਾਂ ਦੇ ਵਿੱਚ ਜਲੰਧਰ ਦੇ ਇਸ ਪਿੰਡ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਘਰ ਦੇ ਉੱਤੇ ਬਣੇ ਇਸ ਜਹਾਜ਼ ਨੂੰ ਦੇਖਿਆ, ਉੱਥੇ ਖੜ ਕੇ ਫੋਟੋ ਵੀ ਕਲਿੱਕ ਕਰਵਾਈ। ਫਿਰ ਬਸ ਉੱਥੋਂ ਹੀ ਉਹਨਾਂ ਨੂੰ ਆਈਡੀਆ ਆ ਗਿਆ ਕਿ ਉਹਨਾਂ ਨੂੰ ਇਸ ਗੰਭੀਰ ਮੁੱਦੇ 'ਤੇ ਯਾਨੀ ਕਿ ਡੌਂਕੀ ਲਗਾ ਕੇ ਜਿਹੜੇ ਬਾਹਰ ਜਾਂਦੇ ਨੇ ਉਸ ਦੇ ਉੱਤੇ ਇੱਕ ਫਿਲਮ ਬਣਾਉਣੀ ਚਾਹੀਦੀ ਹੈ। ਅਤੇ ਉਹਨਾਂ ਨੇ ਸ਼ਾਹਰੁਖ ਖਾਨ ਨੂੰ ਇਸ ਫਿਲਮ ਦੇ ਵਿੱਚ ਪ੍ਰਮੁੱਖ ਰੋਲ ਦਿੱਤਾ। ਤਾਂ ਉਹ ਦੇਖਦੇ ਹਾਂ ਸ਼ਾਹਰੁਖ ਖਾਨ ਦੀ ਡੰਕੀ ਪਿੱਛੇ ਜਲੰਧਰ ਦਾ ਇਹ ਪਿੰਡ। ਸਾਡਾ ਪਿੰਡ ਜੀ ਖਾਸ ਇਸ ਕਰਕੇ ਜੀ, ਸਾਰਾ ਪਿੰਡ NRI ਦਾ ਪਿੰਡ ਹੈ ਜੀ। ਇਹ ਸਾਰਾ ਪਿੰਡ ਤਕਰੀਬਨ ਬਾਬੇ ਆਦਮ ਦੇ ਟਾਈਮ ਤੋਂ ਹੀ ਵਿਦੇਸ਼ਾਂ ਦੇ ਵਿੱਚ ਗਏ ਹੋਏ ਹਨ ਇਸ ਪਿੰਡ ਦੇ ਲੋਕ। ਇਸ ਕਰਕੇ ਪਿੰਡ ਦੇ ਵਿੱਚ ਉਹਨਾਂ ਨੂੰ ਖਿੱਚ ਰਹਿੰਦੀ ਆਪਣੇ ਪਿੰਡ ਲਈ, ਅਤੇ ਇਸ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਘਰ ਮਕਾਨ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਹਨ ਅਤੇ ਉਹਨਾਂ ਨੇ ਆਪਣੇ ਮਕਾਨਾਂ ਦੇ ਵਿੱਚ ਬਹੁਤ ਵਧੀਆ ਵਧੀਆ ਜਿੱਦਾਂ ਆਪਣੇ ਟੈਂਕੀਆਂ ਬਣਾਈਆਂ ਹਨ। ਵੀ ਇਸ ਕਰਕੇ ਇਹ ਪਿੰਡ ਬਹੁਤ ਆਕਰਸ਼ਿਤ ਗਿਆ, ਸਾਰੇ ਲੋਕ ਦੇਖਣ ਆਉਂਦੇ ਆ। ਅਸੀਂ ਵੇਖਦੇ ਕਿ ਬੜੀ ਸ਼ਾਨਦਾਰ ਟੈਂਕੀਆਂ ਹੈਗੀਆਂ। ਹਾਂਜੀ ਹਾਂਜੀ, ਇੱਕ ਇਹ ਤੇ ਇੱਕ ਜਹਾਜ਼ ਇੱਕ ਘਰ ਦੇ ਉੱਤੇ ਖੜਾ ਹੋਇਆ। ਹਾਂਜੀ ਹਾਂਜੀ ਸਰ, ਉਹਦੇ ਪਿੱਛੇ ਕੀ ਕਹਾਣੀ ਹੈ, ਕੌਣ ਹੈ, ਕੌਣ ਉਹ ਲੋਕ? ਉਹ ਪਰਿਵਾਰ ਜੀ ਵਿਦੇਸ਼ਾਂ ਦੇ ਵਿੱਚ ਗਏ ਹਨ, ਇੰਗਲੈਂਡ ਦੇ ਵਿੱਚ ਹਨ, UK ਦੇ ਵਿੱਚ ਉਹ ਪੱਕੇ ਹਨ ਪਰਿਵਾਰ। ਉਹਨਾਂ ਦੇ ਬਹੁਤ ਵਧੀਆ ਉੱਥੇ ਹੋਟਲ ਚੱਲਦੇ ਹਨ ਅਤੇ ਇਸ ਕਰਕੇ ਹੁਣ ਪਰਿਵਾਰ ਨੇ ਉਹਨਾਂ ਪਰਿਵਾਰ ਇੱਥੇ ਇੰਡੀਆ ਦੇ ਵਿੱਚ ਆਉਂਦੇ ਨਹੀਂ ਸੀ। ਉਹ ਕਹਿੰਦੇ ਪਾਪਾ ਜੀ ਤੁਸੀਂ ਵਧੀਆ ਕੋਈ ਚੀਜ਼ ਬਣਾਵੋ ਵੀ ਅਸੀਂ ਇੰਡੀਆ ਦੇ ਵਿੱਚ ਤਾਂ ਆਈਏ। ਫਿਰ ਉਹਨਾਂ ਨੇ ਕਾਫੀ ਤਕਰੀਬਨ 30-35 ਲੱਖ ਰੁਪਏ ਉਦੋਂ ਖਰਚ ਕਰਕੇ ਤਕਰੀਬਨ ਉਦੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੰਡੀਆ ਬੁਲਾਉਣ ਲਈ ਖਾਸ ਕਰਕੇ ਜਹਾਜ਼ ਬਣਾਇਆ, ਜਿਹਦੇ ਕਰਕੇ ਉਹ ਜਹਾਜ਼ ਬਣਿਆ। ਇੱਥੇ ਉਹਨਾਂ ਨੇ ਬਹੁਤ ਵਧੀਆ ਕਾਰੀਗਰ ਸੀ ਸਾਡੇ ਨਾਲ ਦੇ ਪਿੰਡ, ਅਤੇ ਉਹਨਾਂ ਨੇ ਬਹੁਤ ਵਧੀਆ ਜਹਾਜ਼ ਬਣਾਇਆ। ਇਸ ਕਰਕੇ ਉਹ ਫਿਰ ਖਾਸ ਤੌਰ 'ਤੇ ਪਰਿਵਾਰ ਵਿਦੇਸ਼ਾਂ ਦੇ ਵਿੱਚ ਇੰਡੀਆ ਵਿੱਚ ਆਏ ਇਸ ਜਹਾਜ਼ ਦੇਖਣ ਨੂੰ। ਜੇ ਗੱਲ ਕਰੀਏ ਕਿੰਨੀ ਕੁ ਕੀਮਤ ਦਾ ਹੋਊਗਾ, ਸਮੇਂ ਮੰਨਿਆ ਹੋਊਗਾ ਇਹ? ਉਸ ਟਾਈਮ ਜੀ 30-35 ਲੱਖ ਦੱਸਦੇ ਇਹਦੀ ਤਕਰੀਬਨ ਖਰਚ ਆਇਆ ਸੀਗਾ, ਹੁਣ ਤਾਂ ਬਹੁਤ ਜ਼ਿਆਦਾ ਖਰਚ ਆ ਜਾਣਾ। ਉਸ ਟਾਈਮ ਦਾ ਕੁਛ 30-35 ਲੱਖ ਰੁਪਈਆ ਇੱਥੇ ਖਰਚ ਆਇਆ ਸੀਗਾ। ਹੋਰ ਵੀ ਮੈਂ ਘਰ ਦੇਖ ਰਿਹਾ, ਮੈਂ ਜਿੱਥੇ ਪਾਣੀ ਦਾ ਜਹਾਜ਼ ਵੀ ਬਣਿਆ ਹੋਇਆ, ਹੋਰ ਵੀ ਖਰੀਦਦਾ ਰਿਹਾ। ਹਰ ਇੱਕ ਘਰ ਦੇ ਪਿੱਛੇ ਇੱਕ ਕਿਸੇ ਦਾ ਵੱਖਰੀ ਕਹਾਣੀ ਹੈ।
ਹਾਂਜੀ ਕਹਾਣੀ ਏਦਾਂ ਹੀ ਹੈ ਜੀ, ਵਿਦੇਸ਼ਾਂ ਵਿੱਚ ਗਏ ਹਨ, ਇੱਕ ਪਰਿਵਾਰ ਸ਼ਿਪ ਵਾਲਾ ਪਰਿਵਾਰ ਆ, ਇਹ ਹਾਂਗਕਾਂਗ ਦੇ ਵਿੱਚ ਸੈੱਟ ਆ ਪਰਿਵਾਰ, ਇਹ ਜਿੱਦਾਂ ਹਾਂਗਕਾਂਗ ਦੇ ਵਿੱਚ ਗਏ ਸੀਗੇ ਤੇ ਸ਼ਿਪ ਦੇ ਵਿੱਚ ਗਏ ਹੋਣੇ ਆ ਤੇ ਉਹਨੇ ਸ਼ਿਪ ਬਣਾਇਆ ਆਪਣੇ ਕੋਠੇ ਦੇ ਉੱਤੇ। ਹਾਂਜੀ ਏਦਾਂ ਹੈ ਜੀ। ਤੇ ਲੋਕ ਆਉਂਦੇ ਰਹਿੰਦੇ ਵੇਖਣ ਵਾਸਤੇ ਬਾਹਰੋਂ? ਹਾਂਜੀ ਬਹੁਤ ਆਉਂਦੇ ਜੀ, ਇਸ ਪਿੰਡ ਦੀਆਂ ਬਹੁਤ ਵੀਡੀਓ ਨੈੱਟ ਦੇ ਉੱਤੇ ਵੀ ਪਈਆਂ ਹੋਈਆਂ ਹਨ ਪਹਿਲੇ ਟਾਈਮ ਤੋਂ ਵੀ। ਹਾਂਜੀ ਇਹ ਬਹੁਤ ਆਕਰਸ਼ਕ ਪਿੰਡ ਆ, ਬਹੁਤ ਜ਼ਿਆਦਾ ਲੋਕ ਇੱਥੇ ਆਉਂਦੇ ਆ ਦੇਖਣ। ਇਹਨੂੰ ਉੱਪਰ ਭੂਪਾ ਵੀ ਕਹਿੰਦੇ ਹਨ, ਜਹਾਜ਼ ਵਾਲਾ ਉੱਪਰ ਭੂਪਾ ਵੀ ਕਹਿੰਦੇ ਹਨ, ਕਹਿ ਦਿੰਦੇ ਹਨ। ਸਰ ਬਹੁਤ ਵਧੀਆ ਗੱਲ ਹੈ ਜੀ, ਜੋ ਸਾਡਾ ਪਿੰਡ ਵੱਡੀ ਸਕਰੀਨ 'ਤੇ ਆਵੇਗਾ ਅਤੇ ਇਹਦੇ ਨਾਲ ਸਾਡੇ ਪਿੰਡ ਦੀ ਹੋਰ ਜ਼ਿਆਦਾ ਪ੍ਰਚਲਿਤ ਹੋਊਗਾ, ਹੋਰ ਵੀ ਲੋਕ ਦੇਖਣ ਆਉਣਗੇ ਆਕਰਸ਼ਕ ਹੋ ਕੇ। ਵਧੀਆ ਗੱਲ ਹੈ, ਇਸ ਗੱਲ ਅਸੀਂ ਵਧੀਆ ਕਹਾਂਗੇ। ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਅਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਅਸੀਂ ਪਹੁੰਚੇ ਹਾਂ ਜ਼ਿਲ੍ਹਾ ਜਲੰਧਰ ਦੇ ਗਾਓਂ ਉੱਪਲ ਭੁੱਪਾ, ਜਿੱਥੇ ਕਿ ਤੁਹਾਨੂੰ ਦੱਸਦੇ ਕਿ ਹਰ ਇੱਕ ਘਰ ਦੀ ਖਾਸੀਅਤ ਹੈ ਕਿ ਉਹਨਾਂ ਦੇ ਘਰਾਂ ਦੀ ਛੱਤਾਂ ਉੱਤੇ ਇੱਕ ਵੱਖਰੀ ਚੀਜ਼ ਦੇਖਣ ਨੂੰ ਮਿਲਦੀ ਹੈ। ਕਿਸੇ ਘਰ ਦੀ ਛੱਤ ਉੱਤੇ ਤੁਹਾਨੂੰ ਪਾਣੀ ਦੀ ਕਹਿ ਸਕਦੇ ਜਿਹੜੀ ਟੈਂਕੀ ਦੀ ਥਾਂ ਤੇ ਇੱਕ ਬਹੁਤ ਵੱਡਾ ਜਹਾਜ਼ ਦੇਖਣ ਨੂੰ ਮਿਲੂਗਾ, ਕਿੱਥੇ ਤੁਹਾਨੂੰ ਇੱਕ ਫੁੱਲ ਵੇਖਣ ਨੂੰ ਮਿਲੂਗਾ, ਸ਼ੇਰ ਵੇਖਣ ਨੂੰ ਮਿਲੂਗਾ, ਤੇ ਕਿੱਥੇ ਇੱਕ ਪਾਣੀ ਦਾ ਜਹਾਜ਼ ਵੀ ਜਿਹੜਾ ਕਿ ਦੇਖਣ ਨੂੰ ਮਿਲੂਗਾ। ਤੁਹਾਨੂੰ ਦੱਸਦੇ ਕਿ ਹਰ ਇੱਕ ਚੀਜ਼ ਪਿੱਛੇ ਇੱਕ ਵੱਖਰੀ ਕਹਾਣੀ ਹੈ। ਜਿਸ ਤਰ੍ਹਾਂ ਗੱਲ ਕਰੀਏ ਇੱਕ ਜਹਾਜ਼ ਜਿਹੜਾ ਕਿ ਬਹੁਤ ਵੱਡਾ ਏਅਰ ਇੰਡੀਆ ਦਾ ਬਣਿਆ, ਉਹਦੇ ਪਿੱਛੇ ਇਹ ਕਹਾਣੀ ਹੈ ਕਿ ਇੱਕ ਵਾਰੀ ਜਦੋਂ ਬਾਪੂ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਪਿੰਡ ਵਾਪਸ ਆ ਜਾਓ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਪਿੰਡ 'ਚ ਕੋਈ ਵੱਖਰੀ ਚੀਜ਼ ਬਣਾਓ, ਉਸ ਤੋਂ ਬਾਅਦ ਅਸੀਂ ਪਿੰਡ ਵਿੱਚ ਵਾਪਸ ਮੁੜ ਕੇ ਆਵਾਂਗੇ। ਜਿਸ ਤੋਂ ਬਾਅਦ ਬਾਪੂ ਨੇ ਬਹੁਤ ਸਾਰਾ ਦਿਮਾਗ ਲੜਾਇਆ ਅਤੇ ਉਸ ਤੋਂ ਬਾਅਦ ਆਪਣੇ ਘਰ ਦੇ ਛੱਤ ਉੱਤੇ ਇੱਕ ਬਹੁਤ ਵੱਡਾ ਜਹਾਜ਼ ਬਣਾਇਆ, ਜਿਸ ਤੋਂ ਬਾਅਦ ਬੱਚੇ ਵੀ ਵਾਪਸ ਵੇਖਣ ਆਏ ਇਸ ਜਹਾਜ਼ ਨੂੰ, ਅਤੇ ਹੁਣ ਬਾਪੂ ਵੀ ਵੈਸੇ ਤਾਂ ਬਾਹਰ ਹੀ ਰਹਿ ਰਿਹਾ, ਲੇਕਿਨ ਕਦੀ ਕਦਾਰ ਉਹ ਵੀ ਜਿਹੜਾ ਕਿ ਆਪਣੇ ਬੱਚਿਆਂ ਦੇ ਨਾਲ ਵਾਪਸ ਆਉਂਦਾ। ਤੁਹਾਨੂੰ ਅੱਜ ਪਿੰਡ ਦੇ ਲੋਕਾਂ ਨਾਲ ਵੀ ਮਿਲਵਾਵਾਂਗੇ ਅਤੇ ਤਸਵੀਰਾਂ ਦਿਖਾਵਾਂਗੇ ਕਿ ਆਖਿਰ ਇਸ ਘਰ ਦੀ ਛੱਤਾਂ ਉੱਤੇ ਕੀ ਕੀ ਬਣਿਆ ਹੋਇਆ ਅਤੇ ਉਹਦੇ ਪਿੱਛੇ ਕਹਾਣੀ ਕੀ ਆ, ਉਹ ਚੱਲਦੇ ਹਾਂ।